ਮੂੰਹ ਚੱਕਿਆ ਹਏ ਤਾਂ ਚੱਕਣਾ ਮੂੰਹ ਕੀ ਗੱਲ ਕਿੱਧਰ ਨੂੰ ਚੱਲਿਆ ਅੱਜ ਐਂ ਤਾਂ ਕੰਮ ਕਰ ਮੈਨੂੰ 1500 ਰੁਪਇਆ ਮੰਮੀ ਨੂੰ ਦਵਾ ਦੇ 1500 ਤੂੰ 1500 ਕੀ ਕਰਨਾ ਹੈ ਸਾਨੂੰ ਮੁੰਡੇ ਨੂੰ ਕੰਮ ਹੁੰਦੇ ਨੇ ਖਰਚੇ ਹੁੰਦੇ ਨੇ ਬਾਹਰ ਜਾਣਾ ਪੈਂਦਾ ਗੱਡੀ ਤੇਲ ਤੂਲ ਪਾਉਣਾ ਮੋਟਰਸਾਈਕਲ 'ਚ ਸਰਵਿਸ ਕਰਵਾਉਣੀ ਹੈ ਮੈਂ ਇਹੋ ਜਿਹੇ ਕਿਹੜੇ ਕੰਮ ਕਰਨੇ ਨੇ ਤੂੰ ਤੂੰ 1500 ਤਾਂ ਕਰਨਾ ਕੀ ਹੈ ਮੈਂ ਮੰਮੀ ਨੂੰ ਕੀ ਕਹਾਂ ਨਾਲੇ ਤੂੰ ਕੁਛ ਹੀ ਬਣਵਾ ਰੱਖੇ ਮੰਮੀ ਮੈਨੂੰ ਤੂੰ ਆਪਦੇ ਲਈ ਮੰਗਦਾ ਤੈਨੂੰ ਕਹਿਣਗੇ ਤੂੰ ਕਿ ਕਿਤਾਬਾਂ ਲੈਣੀਆਂ ਮੈਂ ਪੜ੍ਹਨ ਦੀਆਂ ਮੈਂ ਦੱਸੀ ਨਾ ਤੂੰ ਮੈਨੂੰ ਚਾਹੀਦੇ ਮੇਰੀ ਪੜ੍ਹਾਈ ਮੁੱਕੀ ਨੂੰ 1 ਸਾਲ ਹੋ ਗਿਆ ਮੈਂ ਕਿਹੜੀ ਕਿਤਾਬਾਂ ਲੈ ਲਾਂ ਅੱਛਾ ਹੁਣ ਕਹਿੰਦੇ ਆਨਲਾਈਨ ਸ਼ੁਰੂ ਕਰ ਦੇ ਨਾ ਕੁਛ ਨਹੀਂ ਮੈਂ ਕਹਿਣਾ ਦੱਸ 50 ਰੁਪਏ ਤੂੰ ਲੈ ਲਈ ਤੈਨੂੰ ਫਰਕ ਪੈਂਦਾ ਚਲ ਫਿਰ ਘਰ ਦੇ ਸਾਰੇ ਕੰਮ ਕਰ 1500 ਹੀ ਰੱਖ ਲਈ ਭਾਵੇਂ ਕੰਮ ਕੁਮ ਨਹੀਂ ਮੈਂ ਤੁਹਾਨੂੰ ਦੇਗੇ ਫਿਰ ਪੈਸੇ ਵੀ ਤੈਨੂੰ ਮੈਥੋਂ ਨਹੀਂ ਮਿਲਦੇ ਹੈਗੇ ਕਹਦੇ ਮੜਾ ਜਾ ਮੈਂ ਨਹੀਂ ਕਹਿੰਦੀ ਕਿਸੇ ਤੇ ਕੋਈ ਫਰਕ ਪੈਂਦਾ ਮੈਂ ਨਹੀਂ ਕਹਿਣਾ ਤੈਨੂੰ ਤਾਂ ਦੇ ਹੀ ਦੇਣੇ ਨੇ ਮੈਂ ਨਹੀਂ ਕਹਿਣਾ ਚੰਗਾ ਤੂੰ ਮੈਨੂੰ ਕੰਮ ਕਹੀਂ ਫਿਰ ਮੈਂ ਕਰਦਾ ਲੋਟ ਫਿਰ ਆ ਗਿਆ ਤੂੰ 1500 ਰੁਪਈਏ ਕਹਦੀ ਮੜਾ ਮੰਮੀ ਉਹ ਬਾਹਰ ਖੜੀ ਹੈ ਮੈਂ ਨਹੀਂ ਕਹਿਣਾ ਤੇ ਮੈਨੂੰ ਇਹ ਤੋਂ ਬਾਅਦ ਕਹੀਂ ਨਾ ਮੈਂ ਤੈਨੂੰ ਦੱਸਦਾ ਫਿਰ ਕੀ ਹੁੰਦਾ ਫੜਦੇ ਤੂੰ ਤੁਸੀਂ ਨਾ ਹਟਿਆ ਕਰਨ ਤੇ 24 ਘੰਟੇ ਲੜਦੇ ਨੇ ਹਾਂ ਮੰਮੀ ਲੜਦਾ ਕਿੱਥੇ ਇਹਨੂੰ 1500 ਰੁਪਏ ਚਾਹੀਦੇ ਨੇ ਕਿਤਾਬਾਂ ਲੈਣੀਆਂ ਨੇ ਕਾਲਜ ਦੀਆਂ ਪੜ੍ਹਨ ਲਈ ਹੁਣ 1 ਸਾਲ ਹੋ ਗਿਆ ਪੜ੍ਹਾਈ ਖਤਮ ਹੋਈ ਨੂੰ ਇਹਦੀ ਮੈਨੂੰ ਮੂਰਖ ਬਣਾਉਂਦਾ ਨਹੀਂ ਨਹੀਂ ਉਹ ਕਰਨੀ ਦੂਜੀ ਪੜ੍ਹਾਈ ਇੰਟਰਨੈਟ ਦੀ ਪੜ੍ਹਾਈ ਹੋਣੀ ਆ ਮੰਮੀ ਮੈਂ ਕੋਈ ਪੜ੍ਹਾਈ ਨਹੀਂ ਕਰਨੀ ਆ ਵੀ ਮਾਰਦਾ ਪਕਾਈ ਇਹਨੇ ਜਾਣਾ ਐਸ਼ ਕਰਨਾ ਤੇ ਯਾਰਾਂ ਦੋਸਤਾਂ ਕਿਤੇ ਕਿਤੇ ਨਹੀਂ ਆਣਾ ਐਸ਼ ਕਰਨ ਲੱਗੀ ਆ ਫਿਰ ਦੇਖ ਜੈਲਾ ਐ ਜੈਲਾ ਲਾਉਂਦਾ ਐ ਅੰਦਰ ਖੜ ਕੇ ਸ਼ੀਸ਼ੇ ਮੂਰੇ ਤੇ ਤੈਨੂੰ ਕਰੂੰ ਲੋਟ ਤੈਨੂੰ ਬਹਾਨੇ ਕੁੜੀ ਦੇ ਲਾਓ ਖਰਚਾ ਆਪ ਕਰੂੰ ਤੈਨੂੰ ਲੱਭੂ ਕੋਈ ਕੁਛ ਨਹੀਂ ਦੇਣਾ ਇਹ ਜਾ ਘਰ ਵਾਲਾ ਤੈਨੂੰ ਲੱਭ ਕੇ ਆਣਾ ਨਾ ਸ਼ਰਾਬੀ ਹੋਵੇ ਤੇ ਆਉਂਦੀ ਜਾਂਦੀ ਤੇ ਛਿੱਤਰ ਪਰੇਟਾ ਮਾਰੇ ਦਾਰੂ ਪੀ ਕੇ ਲਲਕਾਰੇ ਮਾਰੇ ਤੇਰੇ ਮੂੰਹ ਤੇ ਮੈਂ ਤਾਂ ਤੇਰੇ ਨਾਲ ਲੜਦਾ ਟ੍ਰੇਨ ਆ ਸਾਹਮਣੇ ਉਹਨਾਂ ਨੂੰ ਅੱਛਾ ਸਾਹਮਣੇ ਤੂੰ ਅੱਛਾ ਤੈਨੂੰ ਮਿਲੂ ਵੀ ਘਰ ਵਾਲੀ ਫਿਰ ਆ ਕਰੇਗੀ ਕਰੇ ਤੈਨੂੰ ਮਿਲੂ ਇਹੋ ਜੀ ਘਰ ਵਾਲੀ ਪੀ ਕੇ ਜਾਣੇ ਤੈਨੂੰ ਲਲਕਾਰੇ ਮਾਰਿਆ ਕਰ ਕੁੱਤਾ ਤੇਰਾ ਬਰਾ ਫੜਿਆ ਕਰੇ ਕੋਈ ਨਾ ਇਕੱਠੀ ਲਾਇਆ ਕਰਨਗੇ ਪੈਗ ਦੋਵੇਂ ਅਸੀਂ ਰੱਖ ਕੇ ਪੀਆ ਕਰਾਂਗੇ ਪੈਗ ਹੀ ਲੈਣਾ ਆ ਦੇਖ ਲੈ ਮਾਂ ਕੁੱਤੇ ਵਾਲਾ ਤੁਹਾਨੂੰ ਹਰੇਕ ਨਹੀਂ ਕਰੀਆ ਗੱਲਾਂ ਬੋਲਦੇ ਕੁਛ ਸ਼ੋਭ ਸ਼ੋਭ ਬੋਲ ਮੈਨੂੰ ਕਹਿੰਦਾ ਹੁਣ ਮੇਰੇ ਮਗਰ ਪੈ ਗਏ ਤੁਸੀਂ ਫਿਰ ਆਪੀ ਲੱਭ ਮੇਰੀ ਇਹ ਜੇ ਤੀ ਜਵਾਈ ਮੈਨੂੰ ਟਕਰਾ ਕੇ ਦੇ ਨਾ ਨਹੀਂ ਤੁਹਾਨੂੰ ਇਹ ਦੇ ਜਿਵੇਂ ਲੱਗਦਾ ਹੈ ਮੈਨੂੰ ਕਹਿੰਦੇ ਸ਼ਰਾਬਣ ਮਿਲੂਗੀ ਫਿਰ ਤੂੰ ਆਪ ਹੀ ਕਿਆ ਕਰੇਗੀ ਹਾਏ ਮੰਮੀ ਨਾ ਕੰਮ ਨਹੀਂ ਕਰਾਉਂਦੀ ਹੈਗੀ ਪਈ ਰਹਿੰਦੀ ਰਾਤ ਨੂੰ ਟੈਟ ਟੈਟ ਹੋ ਕੇ ਪਈ ਰਹਿੰਦੀ ਆ ਪਊਗੀ ਟੈਟ ਹੋ ਕੇ ਇਹ ਹੀ ਲੱਭਦੇ ਮੈਨੂੰ ਕੀ ਆ ਤੈਨੂੰ ਕੋਈ ਫਰਕ ਪੈਂਦਾ ਜੀ ਪੜ੍ਹ ਲੈਂਦੀ ਹੋਰ ਹੁਣ ਕਿੰਨਾ ਕੁ ਪੜ੍ਹ ਲਾਂ ਹੋਰ ਪੜ੍ਹ ਲਾ ਅਸੀਂ ਨਹੀਂ ਇੰਨਾ ਖਰਚਾ ਕਰਨਾ ਪੜ੍ਹਾਈਆਂ ਤੇ ਪੈਸੇ ਵਾਧੂ ਫਾਲਤੂ ਨਹੀਂ ਆਏ ਇਹਦੇ ਵਿਆਹ ਦੇ ਵੀ ਰੱਖਣੇ ਨੇ ਵਿਆਹ ਤੇ ਵੀ ਖਰਚਾ ਕਰਨਾ ਯਾਰ ਵਿਆਹ ਇੱਕ ਮਹੀਨੇ ਦੀ ਜਦੋਂ ਤੁਸੀਂ ਇਕੱਠੇ ਕਰਨ ਲੱਗੇ ਹੋਏ ਵਿਆਹ ਲਈ ਕੋਈ ਜੰਮ ਕੇ ਵਿਆਹ ਲਈ ਇਕੱਠੇ ਕਰਦੇ ਆ ਅਸੀਂ ਵਿਆਹ ਲਈ ਮੰਮੀ ਕੁਛ ਨਹੀਂ ਜਾ ਕੇ ਸਹੇਲੀਆਂ ਨੂੰ ਕੋਟੀਆਂ ਦਵਾ ਦੋ ਉਹਨਾਂ ਨੂੰ ਕੋਟ ਦੋ ਬਸ ਕਰ ਕੋਟੀ ਦਵਾ ਮੈਨੂੰ ਆਈ ਵਾਰ ਲਾਲਚ ਦੇ ਦਿੰਦਾ 1000 ਦਵਾ ਦੇ ਤੈਨੂੰ 100 ਦੀ ਚੀਜ਼ ਲੈ ਕੇ ਦੂੰ ਕੁਛ ਨਹੀਂ ਲਿਆ ਕੇ ਦਿੰਦਾ ਮੈਨੂੰ ਕੋਈ ਨਹੀਂ ਕਰਦਾ ਮੈਂ ਤਾਂ ਚੱਲਿਆ ਹਾਂ ਮੈਂ ਕੰਮ ਇਹ ਲਗਾੜੇ ਨੂੰ ਹੋਰ ਕੋਈ ਕੰਮੇ ਨਹੀਂ ਆਇਆ ਕੱਲ ਜਾ ਕੇ ਇਹੀ ਕੁਛ ਕਰਨ ਸਿੱਖਿਆ ਇਹਨੂੰ ਲਾਓ ਕਿਸੇ ਕੰਮ ਧੰਦੇ ਹੋਰ ਪੀਨਾ ਕੁੱਟਣ ਤੇ ਲਾ ਦੋ ਕਿਸੇ ਫੈਕਟਰੀ 'ਚ ਤੂੰ ਵੀ ਕੁੜੀਏ ਬਾਹਰ ਨਹੀਂ ਜਾਣਾ ਤੇ ਕੰਮ ਕਰਿਆ ਕਰ ਘਰੇ ਮੈਂ ਤਾਂ ਕੁਛ ਕਿਹਾ ਹੀ ਨਹੀਂ ਉਹਨੇ ਲਾਲਚ ਜਾ ਕੇ 1000-1000 ਜਿਹੜੇ ਲੈਣੀ ਆ ਅੱਛਾ ਇਹਦਾ ਕੰਮ ਕਰ ਲੈ ਤੂੰ ਵੀ ਜਾ ਕੇ ਅੰਦਰ ਚੰਗਾ ਮੰਮੀ ਕੁਛ ਨਹੀਂ ਕਹਿੰਦੀ ਮੈਂ ਨਾ ਦੇ ਪੈਸੇ ਨਹੀਂ ਦੇਣੇ ਉਹਨੂੰ ਦੇਈ ਜਾਊ ਤੁਹਾਨੂੰ ਪੈਸੇ 24 ਘੰਟੇ ਪੈਸੇ